ਇਸ ਵਕਤ ਦੀ ਵੱਡੀ ਖਬਰ ਵੱਡੇ ਸ਼ਰਾਬ ਦੇ ਕਾਰੋਬਾਰੀ ਦੀਪ ਮਲਹੋਤਰਾ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਇਸ ਵਕਤ ਪੰਜਾਬ ਦੇ ਵੱਖ ਵੱਖ ਠਿਕਾਣਿਆਂ 'ਤੇ ਜਿਹੜੀ ਹੈਗੀ ਹੈ ਰੇਡਸ ਇਸ ਵਕਤ ਚੱਲ ਰਹੀਆਂ ਨੇ। ਇਸ ਵਕਤ ਅਸੀਂ ਸਭ ਤੋਂ ਪਹਿਲੇ ਤਸਵੀਰ ਜਿਹੜੀ ਹੈ ਫਰੀਦਕੋਟ ਦਿਖਾ ਰਹੇ ਹਾਂ। ਫਰੀਦਕੋਟ ਅਸੀਂ ਦੀਪ ਮਲਹੋਤਰਾ ਦੇ ਘਰ ਦੇ ਬਾਹਰ ਮੌਜੂਦ ਹਾਂ, ਜਿੱਥੇ ਕਿ ਸੁਬਾਹ ਤੋਂ ED ਦੀ ਰੇਡ ਜਿਹੜੀ ਹੈਗੀ ਹੈ ਉਹ ਚੱਲ ਰਹੀ ਹੈ ਅਤੇ ਵੱਖ ਵੱਖ ਠਿਕਾਣੇ ਜਿਹੜੇ ਨੇ ਉਸ ਉੱਥੇ ED ਇਸ ਵਕਤ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਰ ਬੈਠਿਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ ਸਕੀਮ ਦੀ ਸ਼ੁਰੂਆਤ ਕੀਤੀ ਗਈ, ਜਿਸ ਰਾਹੀਂ ਹੁਣ ਲੋਕਾਂ ਨੂੰ 43 ਨਾਗਰਿਕ ਕੇਂਦਰੀ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਪੰਜਾਬ ਭਰ 'ਚ ਕੈਂਪ ਲਗਾਏ ਜਾ ਰਹੇ ਨੇ। ਇਹਨਾਂ ਕੈਂਪਾਂ 'ਚ ਸੰਬੰਧਿਤ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਰਹਿੰਦੇ ਹਨ, ਜਿਸ ਦੇ ਚੱਲਦਿਆਂ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਰਹੇ ਹਨ। ਅੱਜ ਬਹੁਤ ਸਾਰੇ ਸਾਡੇ ਕੰਮ ਹੈ ਜਿਹੜੇ ਪਿੰਡਾਂ ਦੇ ਜਿਹੜੇ ਦਫ਼ਤਰਾਂ ਦੇ ਵਿੱਚ ਜਾ ਕੇ ਬੜਾ ਖੱਜਲ ਹੋਣਾ ਪੈਂਦਾ ਸੀ ਆਮ ਆਦਮੀ ਨੂੰ, ਅੱਜ ਉਹਨਾਂ ਦੇ ਘਰ ਬੈਠ ਕੇ ਉਹ ਕੰਮ ਹੋ ਰਹੇ ਆ। ਬਹੁਤ ਫਾਇਦਾ ਮਿਲਦਾ ਭਾਜੀ, ਸ਼ਹਿਰ ਜਾ ਕੇ ਧੱਕੇ ਖਾਣੇ ਪੈਂਦੇ ਸੀਗੇ, ਕੰਮ ਨਹੀਂ ਹੁੰਦੇ ਸੀਗੇ, ਅੱਜ ਸਾਡੇ ਇੱਥੇ ਪਿੰਡ 'ਚ ਬਹੁਤ ਵਧੀਆ ਕੰਮ ਹੋ ਰਹੇ ਸਾਰੇ ਆ। ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ, ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕਰ ਸਕਦੇ ਹਨ। ਹੁਣ ਪੰਜਾਬ ਵਾਸੀਆਂ ਨੂੰ ਅਜਿਹੇ ਸਰਕਾਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰਨ ਦੀ ਲੋੜ ਨਹੀਂ, ਬਲਕਿ ਖੁਦ ਸਰਕਾਰੀ ਮੁਲਾਜ਼ਮ ਤੁਹਾਡੇ ਘਰ ਆਵੇਗਾ ਤੇ ਜੋ ਵੀ ਸਰਟੀਫਿਕੇਟ ਤੁਸੀਂ ਬਣਵਾਉਣਾ ਉਸ ਸੰਬੰਧੀ ਸਾਰੀ ਜਾਣਕਾਰੀ ਤੁਹਾਨੂੰ ਦੇ ਕੇ ਜਾਵੇਗਾ। ਨਿਰਧਾਰਿਤ ਦਿਨਾਂ ਅੰਦਰ ਬਿਨਾਂ ਕਿਸੇ ਖੱਜਲ ਖੁਆਰੀ ਤੁਹਾਨੂੰ ਸਰਟੀਫਿਕੇਟ ਵੀ ਮਿਲ ਜਾਵੇਗਾ। ਰੇਡ ਕਰ ਰਹੀ ਹੈ, ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਫਿਰੋਜ਼ਪੁਰ ਦਾ, ਫਿਰੋਜ਼ਪੁਰ ਜੋ ਸ਼ਰਾਬ ਫੈਕਟਰੀ ਹੈ ਉੱਥੇ ਵੀ ਸੁਬਾਹ ਤੋਂ ਰੇਡ ਚੱਲ ਰਹੇ। ਕਰੀਬ 8 ਦੇ ਕਰੀਬ ਗੱਡੀਆਂ ਜਿਹੜੀਆਂ ਨੇ ਉਹ ਸੁਬਾਹ ਤੋਂ ਜੋ ਮੈਲਬਰਨ ਫੈਕਟਰੀ ਹੈਗੀ ਹੈ ਜ਼ਿਲ੍ਹਾ ਵਿੱਚ ਉਸ ਦੇ ਅੰਦਰ ਰੇਡ ਕਰ ਰਹੀ ਹੈ ਅਤੇ ਇੱਕ ਉੱਥੇ ਜਿਹੜੇ ਕਾਗਜ਼ਾਤ ਨੇ ਉਹਨਾਂ ਨੂੰ ਫਰੋਲਿਆ ਜਾ ਰਿਹਾ, ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਤਾਂ ਇਸ ਵਕਤ ਤਸਵੀਰ ਤੁਸੀਂ ਵੇਖ ਰਹੇ ਹੋ ਫਰੀਦਕੋਟ ਦੀਆਂ ਤਸਵੀਰਾਂ ਨੇ, ਜਿੱਥੇ ਕਿ ਇਸ ਵਕਤ ਹਾਲ ਦੀ ਘੜੀ ED ਦੀ ਰੇਡ ਚੱਲ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜ਼ਿਲ੍ਹਾ ਵਿੱਚ ਇਸ ਤੋਂ ਵੱਡੀ ਜਿਹੜੀ ਰੇਡ ਹੈ ਉਹ ਜ਼ਿਲ੍ਹਾ ਵਿੱਚ ਚੱਲ ਰਹੀ ਹੈ, ਜਿੱਥੇ ਕਿ ਕਾਫੀ ਵਿਵਾਦਾਂ ਵਿੱਚ ਰਹੀ ਹੈ ਜ਼ਿਲ੍ਹੇ ਸ਼ਰਾਬ ਫੈਕਟਰੀ ਅਤੇ ਉਸ ਉੱਥੇ ਇਸ ਵਕਤ ED ਦੀ ਵੱਡੀ ਰੇਡ ਹੈ ਉਹ ਚੱਲ ਰਹੀ ਹੈ। ਹਾਲਾਂਕਿ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਅਤੇ ਕਿਸੇ ਨੂੰ ਵੀ ਫੈਕਟਰੀ ਦੇ ਆਸ ਪਾਸ ਵੀ ਨਹੀਂ ਖੜ੍ਹੇ ਹੋਣ ਦਿੱਤਾ ਜਾ ਰਿਹਾ। ਅਤੇ ਜਾਣਕਾਰੀ ਇਸ ਵਕਤ ਜਿਹੜੀ ਹੈ ਸੁਬਾਹ ਤੋਂ ਸਾਹਮਣੇ ਆਈ ਹੈ ਕਿ ਇਸ ਵਕਤ ਵੱਡੀ ਰੇਡ ਜਿਹੜੀ ਹੈ ਪੰਜਾਬ ਵਿੱਚ ਵੱਡੇ ਸ਼ਰਾਬ ਕਾਰੋਬਾਰੀ ਦੀਪ ਮਲਹੋਤਰਾ ਅਤੇ ਫਰੀਦਕੋਟ ਤੋਂ ਸਾਬਕਾ MLA ਰਹੇ ਨੇ ਦੀਪ ਮਲਹੋਤਰਾ, ਉਹਨਾਂ ਦੇ ਟਿਕਾਣਿਆਂ ਦੇ ਉੱਤੇ ਜਿਹੜੀ ਹੈਗੀ ED ਦੀ ਰੇਡ ਇਸ ਵਕਤ ਚੱਲ ਰਹੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਕਰੀਬ 3-4 ਵਾਰ ਵੱਖ ਵੱਖ ਮਹਿਕਮੇ ਜਿਹੜੇ ਨੇ ਇੱਥੇ ਰੇਡਸ ਕਰ ਚੁੱਕੇ ਨੇ ਅਤੇ ਰੇਡਸ ਤੋਂ ਬਾਅਦ ਇਸ ਵਕਤ ਦੀ ਗੱਲ ਕੀਤੀ ਜਾਵੇ ਤਾਂ ਇਸ ਵਕਤ ਰੇਡ ਜਿਹੜੀ ਹੈਗੀ ਹੈ ਇੱਥੇ ਚੱਲ ਰਹੀ ਹੈ। ਤਸਵੀਰਾਂ ਤੁਸੀਂ ਫਰੀਦਕੋਟ ਉਹਨਾਂ ਦੇ ਨਿਵਾਸ ਦੀਆਂ ਵੇਖ ਰਹੇ ਹੋ, ਜਿੱਥੇ ਕਿ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਸ ਵਕਤ ਰੇਡ ਜਿਹੜੀ ਹੈ ਲਗਾਤਾਰ ਚੱਲ ਰਹੀ ਹੈ। ਵੱਡੀ ਗਿਣਤੀ ਵਿੱਚ ਜਿਹੜੇ ਕਰਮਚਾਰੀ ਨੇ ਉਹ ਇਸ ਵਕਤ ਪਹੁੰਚੇ ਹੋਏ ਨੇ ਅਤੇ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਜ਼ਿਲ੍ਹਾ ਵਿੱਚ ਵੀ ਕਰੀਬ 8 ਦੇ ਕਰੀਬ ਗੱਡੀਆਂ ਜਿਹੜੀਆਂ ਨੇ ਉਹ ਫੈਕਟਰੀ ਦੇ ਅੰਦਰ ਗਈਆਂ ਹੋਈਆਂ ਨੇ, ਜਿੱਥੇ ਕਿ ਕਾਗਜ਼ਾਤ ਜਿਹੜੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਉਹਨਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਤਾਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਜ਼ਿਲ੍ਹਾ ਵਿੱਚ ਜੋ ਰੇਡ ਚੱਲ ਰਹੀ ਹੈ ਉੱਥੇ ਆਸ ਪਾਸ ਕਿਸੇ ਨੂੰ ਨਹੀਂ ਖੜ੍ਹੇ ਹੋਣ ਦਿੱਤਾ ਜਾ ਰਿਹਾ, ਅੰਦਰ ਕਿਸੇ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਤਾਂ ਹਾਲ ਦੀ ਘੜੀ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਦੋ ਮੁੱਖ ਟਿਕਾਣੇ ਜਿਹੜੇ ਨੇ ਜਿੱਥੇ ਕਿ ED ਦੀ ਰੇਡ ਅੱਜ ਚੱਲ ਰਹੀ ਹੈ, ਜਿਨ੍ਹਾਂ ਵਿੱਚ ਸੁਬਾਹ ਤੋਂ ਰੇਡ ਜਿਹੜੀ ਹੈਗੀ ਸ਼ੁਰੂ ਹੋਈ ਹੋਈ ਹੈ ਅਤੇ ਇਸ ਵਕਤ ਫਰੀਦਕੋਟ ਅਤੇ ਜ਼ਿਲ੍ਹਾ ਵਿੱਚ ਜੋ ਕਿ ਫਿਰੋਜ਼ਪੁਰ ਦਾ ਏਰੀਆ ਹੈ ਉੱਥੇ ਰੇਡ ਜਿਹੜੀ ਹੈ ED ਦੀ ਚੱਲ ਰਹੀ ਹੈ। ਫਿਲਹਾਲ ਵੇਖਦੇ ਹਾਂ ਕਿ ਸਮੇਂ ਅਨੁਸਾਰ ਨਵੀਂ ਜਾਣਕਾਰੀ ਜਿਹੜੀ ਹੈਗੀ ਕਿਸ ਤਰੀਕੇ ਨਿਕਲ ਕੇ ਸਾਹਮਣੇ ਆਉਂਦੀ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਮਨਪ੍ਰੀਤ ਸਿੰਘ ਚੱਸ ਦੇਣਾ, ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ YouTube, Facebook, Instagram,
एक्स और व्हाट्सएप चैनल पर।